ਕਦੇ ਤੁਸੀਂ ਧਿਆਨ ਲਗਾ ਕੇ ਵੇਖਿਆ ਹੋਏਗਾ, ਅੰਡਾ ਪਾਣੀ 'ਤੇ ਡੁੱਬਦਾ ਹੈ ਅਤੇ ਟਮਾਟਰ ਪਾਣੀ ਵਿੱਚ ਤੈਰਦਾ ਹੋਇਆ। ਬਰਫ਼ ਵੀ ਪਾਣੀ ਦਾ ਹੀ ਬਣਿਆ, ਤਾਂ ਵੀ ਉਸਨੂੰ ਪਾਣੀ 'ਤੇ ਤੈਰਦਾ ਹੋਇਆ ਦਿਖਿਆ ਜਾਏਗਾ। ਤੇਲ ਅਤੇ ਪਾਣੀ ਨੂੰ ਵੀ ਮਿਲਾ ਕੇ ਵੇਖੋ ਅਤੇ ਦੇਖੋਗੇ ਤੇਲ ਪਾਣੀ 'ਤੇ ਹਮੇਸ਼ਾ ਹੀ ਤੈਰਦਾ ਹੋਇਆ ਦਿਖੇਗਾ। ਭਾਵੇਂ ਹਿਲਾ ਲਓ ਜਾਂ ਮਿਕਸ ਕਰ ਲਓ, ਇਹ ਅਲੱਗ ਹੀ ਦਿਖੇਂਗੇ। ਡੈਂਸਿਟੀ ਮੀਟਰ ਬਣਾਉਣ ਲਈ ਤੁਸੀਂ ਕੈਸਟਰ ਆਇਲ, ਵੈਜੀਟੇਬਲ ਆਇਲ, ਪਾਣੀ ਰੰਗੀ ਬਿਰੰਗਾ, ਗਲੀਸਰੀਨ ਅਤੇ ਖਾਲੀ ਬੀਕਰ ਅਤੇ ਰੰਗ ਬਿਰੰਗੇ ਬੀਡਸ। ਸਭ ਤੋਂ ਪਹਿਲਾਂ ਖਾਲੀ ਬੀਕਰ ਵਿੱਚ ਤੁਸੀਂ ਗਲੀਸਰੀਨ ਪਾ ਲਓ। ਇਹਦਾ ਰੰਗ ਪਾਣੀ ਵੱਖਾ ਹੀ ਦਿਖਦਾ ਹੈ, ਇਸ ਕਰਕੇ ਪਾਣੀ ਨੂੰ ਪਾਉਣ ਲਈ ਪਹਿਲੇ ਹੀ ਇਸ ਨੂੰ ਰੰਗ ਦਿੱਤਾ ਗਿਆ ਹੈ। ਇਹ ਪਾਣੀ 'ਤੇ ਪਾਇਆ ਅਤੇ ਵੇਖੋ ਤੁਸੀਂ ਗਲੀਸਰੀਨ ਔਰ ਪਾਣੀ ਦਾ ਫਰਕ ਵੇਖ ਸਕਦੇ ਹੋ। ਇਸ ਤੋਂ ਉੱਪਰ ਤੁਸੀਂ ਖਾਣ ਵਾਲਾ ਤੇਲ ਪਾਣੀ ਦੇ ਉੱਪਰ ਪਾ ਕੇ ਵੇਖੋਗੇ ਤਾਂ ਇਹ ਆਪਣੇ ਨੂੰ ਪਹਿਲੇ ਤਾਂ ਹੀ ਪਤਾ ਹੈ ਤੇਲ ਔਰ ਪਾਣੀ ਹਮੇਸ਼ਾ ਅਲੱਗ ਹੀ ਵਿਖਣਗੇ। ਇਸ ਦੇ ਉੱਪਰ ਲਾਲ ਰੰਗ ਦਾ ਇੰਜਨ ਆਇਲ ਪਾ ਕੇ ਵੇਖੋਗੇ ਤਾਂ ਦਿਖੇਗਾ ਕਿ ਤੇਲ ਨਾਲੋਂ ਹਲਕਾ ਇੰਜਨ ਆਇਲ ਹੈ। ਇਸ ਨੂੰ ਹੋਰ ਅਲੱਗ ਤਰੀਕੇ ਨਾਲ ਸਮਝਾਉਣ ਲਈ ਆਪਾਂ ਕੋਈ ਬੀਡਸ ਲਿਆ ਕੇ ਰੱਖੇ ਨੇ। ਸਭ ਤੋਂ ਪਹਿਲਾਂ ਸਟੀਲ ਦਾ ਬੀਡ ਜੋ ਗਲੀਸਰੀਨ ਨਾਲੋਂ ਵੀ ਲਾਸਟ ਵਿੱਚ ਜਾ ਕੇ ਬੈਠ ਗਿਆ ਹੈ। ਉਸਦੇ ਉੱਪਰ ਲੱਕੜੀ ਦਾ ਬੋਲ ਜੋ ਇੰਜਨ ਆਇਲ ਦੇ ਉੱਪਰ ਜਾ ਕੇ ਬੈਠ ਗਿਆ ਹੈ। ਫਿਰ ਪਲਾਸਟਿਕ ਦਾ ਬੋਲ ਜੋ ਪਾਣੀ ਔਰ ਤੇਲ ਦੇ ਕੋਲ ਜਾ ਕੇ ਬੈਠ ਗਿਆ ਹੈ। ਫਿਰ ਤੁਸੀਂ ਥਰਮਾਕੋਲ ਬਾਲ ਪਾ ਕੇ ਵੇਖੋਗੇ ਉੱਤੇ ਸਭ ਤੋਂ ਉੱਪਰ ਹੀ ਤੈਰਦਾ ਹੋਇਆ ਦਿਖ ਰਿਹਾ। ਗਲੀਸਰੀਨ, ਪਾਣੀ, ਤੇਲ ਅਤੇ ਇੰਜਨ ਆਇਲ ਨਾਲੋਂ ਤੁਹਾਡਾ 4 ਲੇਅਰ ਵਾਲਾ ਡੈਂਸਿਟੀ ਮੀਟਰ ਤਿਆਰ ਹੈ। ਡੈਂਸਿਟੀ ਆਪਣੇ ਨੂੰ ਇਹ ਸਮਝਾਉਂਦਾ ਹੈ ਕਿੰਨੇ ਕਣ ਆਪਣੀ ਜਗ੍ਹਾ ਲੈ ਸਕਦੇ ਨੇ। ਐਵੇਂ ਤੁਸੀਂ ਆਪਣਾ ਡੈਂਸਿਟੀ ਮੀਟਰ ਬਣਾ ਕੇ ਸਭ ਨੂੰ ਦਿਖਾ ਸਕਦੇ ਹੋ ਘਰੇਲੂ ਵਸਤੂ ਨਾਲ।